ਮੈਂ ਗਲੂਕੋਜ਼ ਲਾਤਾ ਜੀ। ਮਾਤਾ ਜੀ ਤੁਹਾਨੂੰ ਰੈਸਟ ਦੀ ਲੋੜ ਆ, ਬਾਕੀ ਦਵਾਈ ਮੈਂ ਸਮਝਾਤੀ, ਟਾਈਮ ਨਾਲ ਦੇ ਦਿਓ, ਸ਼ਾਮ ਤੱਕ ਠੀਕ ਹੋ ਜਾਓਗੇ। ਚਲੋ ਇਹਨਾਂ ਦਾ ਧਿਆਨ ਰੱਖਿਓ ਜੀ। ਚੰਗਾ ਜੀ। ਚੰਗਾ ਜੀ। ਮੇਰਾ ਵੱਲੀਆਂ ਦੇ ਨਾਲ ਜੱਸੀ ਹੈ ਬੇਬੇ, ਤੂੰ ਕਿਵੇਂ ਮਰੇ ਹੋਏ ਕੁੱਤੇ ਵਾਂਗੂ ਪਈਆਂ ਹੈਂ, ਢਿੱਲੀ ਹੋ ਗਈ ਲੱਗਦੀ ਤਾਂ ਹੈ ਨੀ। ਚਲੋ ਕੋਈ ਨਾ, ਸਿਹਤ ਠੀਕ ਹੋ ਜੂਗੀ, ਫਿੱਟ ਹੋ ਜਾਏਗੀ। ਕੀ ਹੋ ਗਿਆ ਇਹਨੂੰ? ਉਹ ਜੀਜਾ ਜੀ ਕੁਛ ਨੀ, ਥੋੜੀ ਜਿਹੀ ਘਬਰਾਹਟ ਹੋ ਗਈ ਸੀ, ਬਲੱਡ ਘਟ ਗਿਆ ਸੀ। ਸਵੇਰੇ ਬਾਪੂ 4 ਵਜੇ ਡਾਕਟਰ ਬੁਲਾ ਕੇ ਲੈ ਕੇ ਆਇਆ, ਸਾਰੀ ਰਾਤ ਨੀ ਸੁੱਤੀ। ਫਿਰ ਨੀਂਦ ਦੀਆਂ ਗੋਲੀਆਂ ਦੇ ਦੇਣੀਆਂ ਸੀ। ਪਰ ਨੀਂਦ ਤਾਂ ਆਊਗੀ ਜੇ ਕੰਮ ਤੋਂ ਵਿਹਲ ਮਿਲੇ, ਸਾਰੀ ਦਿਹਾੜੀ ਤਾਂ ਵਿਚਾਰੀ ਖਪੀ ਜਾਂਦੀ ਆ। ਉਹ ਕੋਈ ਨਾ ਬਾਪੂ ਜੀ, ਮੈਂ ਜਾਣਾ, ਨਾਲੇ ਮਾੜੇ ਨੂੰ ਕਹਿ ਕੇ ਗੁਰਦੁਆਰੇ ਤੋਂ ਵੇਲ ਮੰਗਾ ਲਿਓ। ਇਸ ਵਾਰੀ ਹਲਵਾਈ ਨੇ 6 ਸਿਲੰਡਰ ਕਿਹਾ। ਓਏ ਉਹ ਤਾਂ ਬਾਅਦ ਦੀਆਂ ਗੱਲਾਂ ਨੇ, ਬੇਬੇ ਤਾਂ ਤੁਹਾਡੀ ਬਿਮਾਰ ਪਈ ਆ, ਤੂੰ ਜਾ ਕੇ ਕੰਮ ਕਰਕੇ ਆ। ਚੱਲ ਚੰਗਾ, ਮੈਂ ਜਾਣਾ ਜੀ। ਹਾਂ ਜਾ। ਬੇਬੇ ਤੂੰ ਆਰਾਮ ਕਰ ਲਾ, ਮੈਂ ਬਿੰਦ ਲਾਉਂਗੀ, ਨਾਈਆਂ ਦੀ ਦਰਸ਼ ਹੋਣ ਵਾਲੀ ਹੈ। ਓਏ ਕਿਉਂ ਖੱਪੀ ਜਾਨੀ ਐ ਤੂੰ, ਹੋਟਲ ਤੋਂ ਮੰਗਵਾ ਲੋ। ਲੈ ਹੋਟਲ ਦੀ ਰੋਟੀ ਦਾ ਕੀ ਖਾਣਾ ਪੁੱਤ, ਉਹਦੇ ਵਿੱਚ ਤਾਂ ਜਮਾ ਹੀ ਮਸਾਲੇ ਹੁੰਦੇ ਨੇ, ਭਲਾ ਬਿਮਾਰ ਕਰਨੇ ਨੇ ਪਰਾਉਣੇ? ਕਿਤੇ ਨੀ ਬਿਮਾਰ ਹੁੰਦੇ ਹੈ, ਕਿੰਨੇ ਦਿਨ ਹੋ ਗਏ ਨੇ ਕੱਚਾ ਮੁਰਗਾ ਖਾਂਦੇ ਨੂੰ, ਘੱਟੋ ਘੱਟ ਰਿੰਨਿਆ ਹੋਇਆ ਤਾਂ ਮਿਲ ਜੂਗਾ ਨਾ। ਲਕਾ ਤੋਂ ਮੈਂ ਬਿੰਦ ਲਾਉਂਗੀ। ਜੱਸੀ ਲੱਸੀ ਦਾ ਜੱਗ ਬਣਾ, ਇੱਕ ਨੂਣ ਪਾ ਕੇ ਕਾਲਾ, ਜੱਗ ਪਾਣੀ ਦਾ ਤੇ ਬਰਫ ਭੇਜ ਦੇ ਅੰਦਰ। ਮੈਨੂੰ ਯਾਰ ਮੇਰੇ ਆਪ ਦੇ ਖੁਦਾ ਵਰਗੇ, ਕਿਸੇ ਅੱਲਾ ਦੇ ਫਕੀਰ ਦੀ ਦੁਆ ਵਰਗੇ। ਨੀ ਫੜਾ ਦੇ ਜਾ ਕੇ ਪਾਣੀ, ਬਰਫ ਦਾ ਡਲਾ ਪਾ ਦੇ ਵਿੱਚ, ਫਿਰ ਵੀ ਇਸ ਘਰ ਦਾ ਪ੍ਰਾਹੁਣਾ ਹੈ। ਜਾ ਪੁੱਤ ਜਾ, ਦੇਖ ਪ੍ਰਾਹੁਣੇ ਨੂੰ ਜਾ। ਓਏ ਜੇ ਰੁੱਸ ਗਿਆ ਪ੍ਰਾਹੁਣਾ ਮੇਰੇ ਸਾਰਗੜੇ, ਉਹ ਕਿਸੇ ਤੋਂ ਲੋਟ ਨੀ ਆਉਣਾ। ਓਏ ਜੇ ਰੁੱਸ ਗਿਆ ਪ੍ਰਾਹੁਣਾ ਜਗਦੇਵਾ, ਯਾਰ ਮੈਨੂੰ ਐ ਨੀ ਲੱਗਦਾ ਬਈ ਆਪਾਂ ਨੂੰ ਕੜਾਹੀ ਮੀਟ ਦੀ ਧਰ ਕੇ ਪਲੇਟਾਂ ਦੇ ਕੇ ਨੀ ਗਏ। ਚੱਲ ਕੋਈ ਗੱਲ ਨੀ ਬਾਈ, ਆਈ ਖਾ ਲਾਂਗੇ, ਕੋਈ ਗੱਲ ਨੀ। ਬਾਈ ਤੇਰੇ ਸਹੁਰੇ ਸੇਵਾ ਤਾਂ ਬਹੁਤ ਕਰਦੇ ਨੇ ਬਾਈ, ਮੀਟ ਦੇ ਤਾਂ ਬਟ ਕੱਢੇ ਪਏ ਆ ਬਟ। ਮੀਟ ਦਾ ਤਾਂ ਕੰਮ ਸਿਰਾ ਬਾਈ ਹੈ, ਜਮਾਂ ਸਿਰੇ ਲਾਤੀ ਕਹਾਣੀ। ਦੇਖ ਬਾਈ ਬੰਦਾ ਸੇਵਾ ਕਰਾਉਣ ਵਾਲਾ ਚਾਹੀਦਾ। ਆਹ ਗੱਲ ਵੀ ਸਹੀ ਆ ਬਾਈ। ਆ ਮੇਰੀ ਮਾੜੀ ਜੀ ਗੱਲ ਸੁਣੀ ਜੀ। ਹਾਂ ਇੱਕ ਮਿੰਟ ਆ ਤਾਂ ਜਾ ਬਾਈ, ਸੁਣਿਆ ਗੱਲ ਭਰਜਾਈ ਦੀ? ਜਾ ਅਸੀਂ ਲਾਉਣੇ ਪੈਗ ਬਾਈ, ਤੂੰ ਜਾ ਆਓ ਮੀਟ ਖਾਓ। ਚੱਕੋ ਚੱਕੋ ਬਾਈ। ਕੀ ਹੈ ਬੇਬੇ ਬਿਮਾਰ ਆ, ਤੂੰ ਆ ਚੌਰੇ ਦੱਦ ਲਾ ਰੱਖੇ ਨੇ, ਮੇਰੀ ਸਾਰੀ ਦਿਹਾੜੀ ਚੁੱਲ੍ਹੇ ਚੌਂਕੇ ਤੇ ਗੋਲਾ ਧੰਦਾ ਕਰਦੀ ਦੀ ਲੰਘ ਜਾਂਦੀ ਹੈ। ਇਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਦਫ਼ਾ ਕਰ ਪਰਾਂ ਇੱਥੋਂ। ਕੀ ਕਹਿਣੀ ਹੈ ਤੂੰ, ਬਕਵਾਸ ਨਹੀਂ ਮਾਰਨੀ? ਉਹ ਮੇਰੇ ਯਾਰ ਦੋਸਤ ਨੇ, ਯਾਰ ਦੋਸਤ ਮੇਰੇ ਨਾਲ ਖੜਦੇ ਨੇ, ਮੇਰੇ ਪਿੱਛੇ ਲੜਾਈਆਂ ਲੜੀਆਂ ਨੇ ਇਹਨਾਂ ਨੇ। ਸਾਨੂੰ 1971 ਦੀ ਜਿਹੜੀ ਲੜਾਈ ਸੀ, ਇਕੱਲੀ ਉਹ ਨਹੀਂ ਲੜੀ, ਬਾਕੀ ਸਾਰੀਆਂ ਲੜਾਈ ਇਹਨਾਂ ਨੇ ਮੇਰੇ ਪਿੱਛੇ ਲੜੀਆਂ। ਮੈਂ ਤੈਨੂੰ ਛੱਡ ਸਕਦਾ ਪਰ ਉਹਨਾਂ ਨੂੰ ਨਹੀਂ ਛੱਡ ਸਕਦਾ, ਮੈਂ ਚੱਲਿਆ। ਵੀ ਕਿਉਂ ਕਮਲੀਆਂ ਮਾਰਦਾ, ਮੈਂ ਤਾਂ ਐਂ ਕਹਿੰਦੀ ਸੀ ਵਿਆਹ 'ਚ ਇੰਨੇ ਕੰਮ ਹੁੰਦੇ ਨੇ, ਸਾਰੇ ਵਿੱਚ ਪਏ ਨੇ, ਤੈਨੂੰ ਤਾਂ ਕੋਈ ਡਰਦਾ ਕਹਿੰਦਾ ਨਹੀਂ। ਕੱਲ੍ਹ ਨੂੰ ਕੜਾਹੀ ਚੜ੍ਹ ਜਾਣੀਆਂ, ਸ਼ਰੀਕੇ ਕਬੀਲੇ ਦੇ ਸਾਰੇ ਬੰਦੇ ਇੱਥੇ ਹੋਣਗੇ। ਇਹਨਾਂ ਕੀ ਗੱਲ, ਮੈਂ ਇੱਥੇ ਕੰਜਰੀਆਂ ਨਚਾ ਰਿਹਾ ਜਾਂ ਕੋਈ ਗਲਤ ਕੰਮ ਕਰ ਰਿਹਾ? ਆਰਾਮ ਨਾਲ ਬੈਠਿਆ, ਚੁੱਪ ਚੁਪੀਤੇ ਬੈਠਿਆ, ਰਲ ਤਾਂ ਪਾਉਂਦੇ ਨਹੀਂ। ਤੂੰ ਮੇਰੀ ਇੱਕ ਗੱਲ ਹੋਰ ਸੁਣ ਲੈ, ਇਹ ਕੋਈ ਮਾਮੂਲੀ ਬੰਦੇ ਨਹੀਂ, ਸਰਦਾਰ ਨੇ, ਖਾਨਦਾਨੀ ਬੰਦੇ ਨੇ। ਖਾਨਦਾਨੀ ਬੰਦੇ ਨੇ? ਖਾਨਦਾਨੀ ਬੰਦੇ ਹੁੰਦੇ ਇੱਥੇ ਬਹਿੰਦੇ? ਐਵੇਂ ਫਿਰਦੇ ਆ, ਭੌਂਕਦੇ, ਅੜਕੀ ਬਹਿ ਜਾਂਦੇ ਆ ਮੂੰਹ ਤੇ ਨਾਲ ਰੱਜ ਕੇ। ਤੂੰ ਮੇਰੇ ਯਾਰਾਂ ਦੀ ਬੇਇੱਜ਼ਤੀ ਕਰ ਰਹੀ ਹੈ, ਮੇਰੇ ਕੰਮ ਆਏ ਨੇ, ਮੇਰੇ ਹਰ ਦੁੱਖ ਸੁੱਖ ਦੇ ਸ਼ਰੀਕ ਨੇ ਇਹ ਸਭ। ਤੂੰ ਤੂੰ ਸਾਰੀਆਂ ਘਰਦਿਆਂ ਪਿੱਛੇ ਲੱਗ ਕੇ ਮੇਰੇ ਰੱਬ ਵਰਗੇ ਯਾਰਾਂ ਦੀ ਬੇਇੱਜ਼ਤੀ ਕਰੀ ਹੈ, ਮੇਰੀ ਕਰੀ ਹੈ? ਜੇ ਮੈਂ ਤਾਂ ਕਿਸੇ ਦੇ ਮਗਰ ਨਹੀਂ ਲੱਗਦੀ ਕੰਜਰਾ, ਮੈਂ ਤਾਂ ਐਂ ਕਹਿੰਦੀ ਹਾਂ ਪਰਸੋਂ ਖੰਡ ਪਾਠ ਕਰਾਉਣਾ ਤੇ ਤੂੰ ਮੂਤ ਪੀਤੇ ਵੇ ਨਾ ਸਾਰਨਾ ਨਹੀਂ। ਦੇਖ ਜਿਹੜੀ ਗੱਲ ਹੈ ਅਸੀਂ ਪਾਗਲ ਚ ਪੈ ਜਾ ਕਰਾਂਗੇ। ਨਾ ਜੇ 4 ਦਿਨ ਨਾ ਪੀਵੇਂਗਾ ਦੱਸ ਕੀ ਪਰਲੋ ਆਉਂਦੀ ਹੈ। ਮੇਰੇ ਸਾਲੇ ਦਾ ਵਿਆਹ ਹੈ,
तू किते होर ना कोई ब्याह दे विच मैं तो गड़बड़ करा ली मैं चले उन्नो कोले मुंडे नु कह के बोतल भेज दो ब्याह थने डप लियो हजे ओए तू मैं तो थपड़े ना खाली जे साली उन्नो नु सुन गया बेइज्जती हो जू तैनू तो की पूरी दुनिया नु नाले पता है जट वर्गा बंदा पूरी दुनिया ते नहीं गर्मी पै रही है ओथे रह लेना सी एथे अंब लेना आई है भगता माड़े वचन क्यों बोलदा साधुआं नु भोजन ही छका दे ओए साडे घरे ता पांच साध बैठे आ सारे पिंड दे मुर्गे खा गए अजे रज्जे नहीं हो चुप करके इथों निकल जो आ जांदे आ तड़के तड़के भगता रात दा बचया होया चिकनी खवा दे साधा नु ओए गिटके जाइए ओ ता मुर्गे नाल हड्डियां भी चब जांदे आ चुप करके इथों निकल जो ओ ना होवे किते ओ तुहानू भी खा जाण भगता माता नु खाली ना मोड़ कुछ ना कुछ ता दे भाग लग जानगे हां लै जो पांच परौणे बैठे आ लै जो भगता परौणे ते साधु ता वसदे घरां च आंदे ने ओए ओ ता घरे डेरे लाई बैठे आ ऐसा मंत्र दऊंगी कि थोड़े घर वल मुंह नहीं करनगे फिर ता मैं 50 रुपए दऊं तुहानू कमाल करना भगता 900 दी बोतल अंग्रेजी दी पांच जने दो बोतलां पूजिया 100 रुपए दा 3 किलो मीट 600 दा ते गड़गज्जो माता लई 50 रुपए कमाल है भाई तुहाडी तुहानू ता सारी रेट लिस्ट पता कमाल करदा है माता जानी जाने गल सुन यूपी च एवें नहीं साधुआं दी सरकार बनी चलो ठीक आ तुहानू मैं 100 रुपया दऊंगा भगता एक दिन दा तेरा 7000 दा घट्टो घट खर्चा ते माता गड़गज्जो लई सिर्फ 1000 रुपया चलो 1000 रुपया ले लियो पर तुसी करोगे की भगता हाँ, आ लै तवीत हाँ, चक हाँ, मेरी गल हाँ, सुन ला ध्यान ना अच्छा, किसे नु इस बारे घर विच पता ना, नहीं होना चाहिदा नहीं तवीत ने असर नहीं करना रिच ते मीट च पौना लिया दक्षिणा आप फर 1000 रुपया जय हो गड़गज्जो माता दी जय हो माता ने पहाड़ा वाले जाना है कोई खेस या कंबल दान कर दियो माता तुहानू दुआवां देगी नाले गल सुनो तुहाडे नाल 1000 रुपए च सौदा होया सीगा एवें कच्ची लस्सी वांग वधी ना जाओ तुसी ओ भगता अपने मुंडे दे ब्याह दी पार्टी होई दे दे मेरी गल सुनो 100 रुपए दी बोतल 10 रुपए दा भुजिया ते 200 रुपए दा मीट खा लियो जेड़े बाकी पैसे बचणगे ना ओदी टिकट लेके पहाड़ा नू चले जाओ चलो तित्तर होवो चलो मेरे यार नू मंदा ना बोली मेरी पावे जिंद कट ले गोरिये मेरी पावे और मैं पाऊ पढ़ने इना नू जय गड़गज्जो
ਗੱਜੋ ਮਾਤਾ ਇਹੋ ਜਿਹਾ ਚੱਕਰ ਚਲਾ ਦੇ ਸਵੇਰ ਨੂੰ ਸਾਰੇ ਪ੍ਰਾਹੁਣੇ ਤਿੱਤਰ ਹੋ ਜਾਣ। ਜੈ ਗੁਰੂ ਗੱਜੋ ਮਾਤਾ ਜੈ ਗੁਰੂ ਗੱਜੋ।